ਸਾਈਆਂ ਦੀਆਂ ਗੁਲਾਮਾਂ ਦਾ ਹਾਲ ਇਹ ਹੈ ਕਿ ਤੋਬਾ 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 ਤੋਬਾ। ਸ਼ੁਕਰੇ ਵਾਲਾ ਹਜ਼ਰਤ ਬਰੇਲਵੀ ਲਿਖ ਗਏ ਫਤਾਵਾ ਰਿਜ਼ਵੀਆ ਵਿੱਚ ਜਿਲਦ ਨੰਬਰ 28 ਹੈ। ਸ਼ੁਕਰ ਹੈ ਮਿਹਰਬਾਨੀ ਫਰਮਾਈ ਨੇ ਲਿਖ ਦਿੱਤਾ, ਨਹੀਂ ਤਾਂ ਸਾਨੂੰ ਬਿਆਨ ਕਰਾਂ ਤਾਂ ਸਾਡੀ ਤੂੰ ਖੋਪੜੀ ਉਹ ਵੀ ਵੱਜਣੀ ਸੀ ਗੱਲ, ਤਾਂ ਤੂੰ ਕਿੱਥੋਂ ਬਿਆਨ ਕੀਤੀ ਕਿਤੇ ਤੋਂ ਕੁਛ ਹੋ ਗਿਆ ਉਹ ਪਲਾ ਹੋਵੇ ਆਲਾ ਹਜ਼ਰਤ ਬਰੇਲਵੀ ਦਾ। ਸੁਭਾਨ ਅੱਲਾ ਲਿਖ ਗਏ ਮਿਹਰਬਾਨੀ ਫਰਮਾਈ। ਸੁਭਾਨ ਅੱਲਾ ਸੁਭਾਨ ਅੱਲਾ। ਇੱਕ ਜਣਾ ਹੈ ਜਿਹਦਾ ਨਾਂ ਹੈ ਸ਼ੇਰ ਮੁਹੰਮਦ ਸ਼ਰਬੀਨੀ, ਉਸ ਜਣੇ ਦੇ ਪੁੱਤਰ ਦਾ ਨਾਂ ਹੈ ਅਹਿਮਦ। ਉਹ ਅਹਿਮਦ ਸਾਹਿਬ ਸਾਹਿਬਜ਼ਾਦਾ ਸਾਹਿਬ ਹੋ ਗਏ ਬਿਮਾਰ, ਮੌਤ ਦੇ ਕਰੀਬ ਹੋ ਗਏ। ਕਿਹਦੇ ਕਰੀਬ? ਮੌਤ ਇਹ ਬਸ ਹੁਣ ਗਿਆ ਹੁਣ ਗਿਆ ਹੁਣ ਗਿਆ ਹੁਣ ਗਿਆ ਹੁਣ ਗਿਆ। ਉਹ ਸ਼ੇਰ ਮੁਹੰਮਦ ਸ਼ਰਬੀਨੀ ਜੋ ਹੈ ਨਾ, ਉਹਨਾਂ ਕੋਈ ਅੱਲਾ ਪਾਕ ਨਾਲ ਕੋਈ ਗੱਲਬਾਤ ਕੀਤੀ ਔਰ ਇਤਨੇ ਵਿੱਚ ਮਲਕੁਲ ਮੌਤ ਆ ਗਿਆ। ਮਲਕੁਲ ਮੌਤ ਨੇ ਕਿਹਾ ਜਨਾਬ ਚਲੋ ਉਹਨਾਂ ਨਾਲ ਸਨ। ਇਹ ਸ਼ੇਰ ਮੁਹੰਮਦ ਸ਼ਰਬੀਨੀ ਨੇ ਮਲਕੁਲ ਮੌਤ ਨੂੰ ਆਖਿਆ ਕਿਧਰ ਅਖੇ ਦੀ ਮੁੰਡੇ ਦੀ ਰੂਹ ਕਬਜ਼ ਕਰਨਾ ਹੈ, ਇਹ ਤਵੱਜੋ ਉੱਧਰ ਕਰੋ ਮੁੰਡੇ। ਹਰ ਜੇ ਕਦੇ ਤਵੱਜੋ ਉੱਧਰ ਕੀਤੀ ਜੀ ਇਹ ਗੱਲ ਨਿਕਲ ਗਈ ਤੁਹਾਨੂੰ ਕਿ ਸਮਝ ਆਉਣਾ ਹੈ। ਐਵੇਂ ਇੱਕ ਹਜ਼ੂਰ ਦੇ ਖਾਦਮਾਂ ਵਿੱਚੋਂ ਇੱਕ ਖਾਦਮ ਦੀ ਗੱਲ ਸ਼ੁਰੂ ਕੀਤੀ ਹੈ ਸੁਭਾਨ ਅੱਲਾਹ, ਤੇ ਨੌਕਰ ਕੀ ਅਜ਼ਮਤ ਜਿਸ ਕੇ ਦਿਮਾਗ ਮੈਂ ਇਹ ਹਾਥੇ ਮੇਂ ਨਾ ਆ ਸਕੇ ਤੋ ਆਕਾ ਕੀ ਅਜ਼ਮਤ ਕਹਾਂ ਸੇ ਆਏ। ਸੁਭਾਨ ਅੱਲਾਹ, ਨਹੀਂ ਸਮਝ ਆਈ? ਹੁਣ ਆਖਿਆ ਇਸਰਾਇਲ ਨੂੰ, ਹੁਣ ਆਖਿਆ ਇਰਜਿਅ ਇਲਾ ਰੱਬਿਕ, ਚੱਲ ਨਾ ਸੀ ਮੁੜ ਜਾ, ਤਸ਼ਰੀਫ ਲੈ ਜਾ, ਚਲਾ ਜਾ, ਜਾ ਕੇ ਰੱਬ ਨਾਲ ਮੁਲਾਕਾਤ ਕਰ। ਜਿਲਦ ਨੰਬਰ 28 ਫਤਾਵਾਏ ਰਿਜ਼ਵੀਆ ਆਲਾ ਹਜ਼ਰਤ ਬਰੇਲਵੀ ਰਜ਼ੀ ਅੱਲਾਹ ਤਾਲਾ ਅਨਹੁ। ਹੁਣ ਕਿਸੇ ਤੱਕਣੀ ਹੋਵੇ ਤਾਂ ਗੱਡੀ ਵਿੱਚ ਮੌਜੂਦ ਹੈ, ਬਾਅਦ ਵਿੱਚ ਕਿਸੇ ਵੇਖਣੀ ਹੋਵੇ ਤਾਂ ਅਸਾਂ ਵਟਸਐਪ 'ਤੇ ਉਹਨੂੰ ਤਸਵੀਰ ਵੀ ਭੇਜ ਸਕਦੇ ਹਾਂ। ਕੋਈ ਨਹੀਂ ਲੱਗਣਾ, ਝਗੜਾ ਨਹੀਂ ਕਰਨਾ ਸਾਡੇ ਨਾਲ, ਹਾਲੀ ਗੱਲ ਵੇਖ ਲਓ ਕੀ ਝਗੜਿਆਂ ਦਾ ਟਾਈਮ ਕੋਈ ਨਹੀਂ, ਯਾਰਾਂ ਦੀ ਜ਼ੁਲਫਾਂ ਦੇ ਤਸਕਰਿਆਂ ਦਾ ਵੇਲਾ। ਉਹਨਾਂ ਕਿਹਾ ਵੀ ਕਿੱਧਰ ਆ ਗਏ? ਉਹਨਾਂ ਕਿਹਾ ਗਰੀਬ ਨਵਾਜ਼ ਇਹਦਾ ਮੁੰਡੇ ਦਾ ਵੇਲਾ ਹੋਇਆ ਹੈ, ਰੂਹ ਕੱਢਣ ਦਾ ਟਾਈਮ ਆ ਗਿਆ, ਅੱਲਾ ਸੋਹਣਾ ਇਰਾਦਾ ਕਰ ਲਿਆ ਮੈਨੂੰ ਭੇਜ ਦਿੱਤਾ। ਉਹਨਾਂ ਆਖਿਆ ਯਾਰ ਤੂੰ ਉੱਥੋਂ ਜਦੋਂ ਟੁਰਿਆ ਸੈਨ ਉਦੋਂ ਤਾਂ ਇਹੀ ਸੀ ਇਰਾਦਾ ਰੱਬ ਦਾ, ਹੁਣ ਜਾ ਮੁੜ ਪੁੱਛ ਲੈ ਰੱਬ ਕੋਲੋਂ, ਹੁਕਮ ਮਨਸੂਖ ਹੋ ਗਿਆ। ਆਲਾ ਹਜ਼ਰਤ ਬਰੇਲਵੀ ਨੇ ਜਿਸ ਕਿਤਾਬ ਕਾ ਨਾਮ ਲਿਆ ਹੈ ਉਸਕਾ ਨਾਮ ਹੈ ਲਵਾਕਿਹੁਲ ਅਨਵਾਰ, ਜਿੱਥੋਂ ਆਲਾ ਹਜ਼ਰਤ ਦੇ ਵਾਕਿਆ ਬਿਆਨ ਕੀਤਾ ਉਸ ਕਿਤਾਬ ਦਾ ਨਾਮ ਲਿਖਿਆ ਲਵਾਕਿਹੁਲ ਅਨਵਾਰ। ਉਹਨਾਂ ਕਿਹਾ ਜਾ ਮੁੜ ਜਾ ਤੇ ਮੁੜ ਕੇ ਜਾ ਕੇ ਰੱਬ ਨੂੰ ਮਿਲ ਤੇ ਰੱਬ ਨੂੰ ਪੁੱਛ ਜਾ ਕੇ ਹੁਕਮ ਮਨਸੂਖ ਹੋ ਗਿਆ, ਤੈਨੂੰ ਜਦੋਂ ਟੁਰਿਆ ਸਾਂ ਤਾਂ ਹੁਕਮ ਇਹ ਸੀ ਭਾਈ ਰੂਹ ਕੱਢ ਲਈ, ਤੇ ਤੇਰੇ ਇੱਥੇ ਪਹੁੰਚਣ ਤੋਂ ਪਹਿਲੇ ਪਹਿਲੇ ਅਸਾਂ ਗੱਲ ਕਰ ਲਈਏ, ਤਾਂ ਹੁਕਮ ਮਨਸੂਖ ਮਨਸੂਖ ਫਰੋਜਾ ਮਲਕੁਲ ਮੌਤ, ਮਲਕੁਲ ਮੌਤ ਵਾਪਸ ਆ ਗਿਆ, ਹੁਕਮ ਜਿਹੜਾ ਮਨਸੂਖ ਸੀ ਉੱਥੋਂ ਫਿਰ ਪਤਾ ਚੱਲਿਆ ਹੁਕਮ। 30 ਸਾਲ ਇਸ ਮੁੰਡੇ ਦੀ ਉਮਰ ਹੋਈ ਫਿਰ ਜਦ ਇਹ ਹੁਕਮ ਮਨਸੂਖ ਹੋਣੇ ਤੋਂ ਬਾਅਦ ਕਿਤਨੇ ਸਾਲ? 30 ਸਾਲ। ਨਾ ਇੱਕ ਗੱਲ ਦਾ ਜਵਾਬ ਦਿਓ ਲਾਹੌਰ ਵਾਲੇ ਹੋ ਗੈਰਤ ਮੰਦੋ, ਇਹ ਸ਼ੇਰ ਮੁਹੰਮਦ ਸ਼ਰਬੀਨੀ ਰਹਿਮਤੁਲਿਲ ਆਲਮੀਨ, ਸਾਰੇ ਬੋਲੋ, ਇਹ ਖਾਤਮ ਉਨਬੀਸ਼ੀਨ ਨਹੀਂ, ਇਹ ਸ਼ੇਰ ਮੁਹੰਮਦ ਸ਼ਰਬੀਨੀ ਅਸ਼ਰਫੁਲ ਅੰਬੀਆ ਨਹੀਂ, ਇਹ ਸ਼ੇਰ ਮੁਹੰਮਦ ਸ਼ਰਬੀਨੀ ਦੇ ਕੰਧੇ ਉੱਤੇ ਅੱਲਾ ਨੇ ਹੱਥ ਰੱਖਿਆ, ਇਸ ਸ਼ੇਰ ਮੁਹੰਮਦ ਸ਼ਰਬੀਨੀ ਨੂੰ ਅਲਮ ਨਸ਼ਰਾ ਲਾ ਕਸਦ ਰੱਖ ਕਿਹਾ ਗਿਆ ਨਹੀਂ, ਇਹ ਸ਼ੇਰ ਮੁਹੰਮਦ ਸ਼ਰਬੀਨੀ ਅੱਲਾ ਕਾ ਮਹਬੂਬੇ ਮੁਤਲਕ ਹੈ, ਯੇ ਸ਼ੇਰ ਮੁਹੰਮਦ ਸ਼ਰਬੀਨੀ ਨਾ ਨੈਨੋ ਮੇ ਸਰ ਰੱਖਨੇ ਵਾਲਾ ਹੈ ਨਾ
علین مصطفیٰ کے قدموں والی، تو جب مصطفیٰ کی امت کے درویشوں میں سے ایک درویش کی اہمیت و حیثیت اللہ کی نگاہ میں یہ ہے، تو پھر گھر جا کر سوچنا جس کے یہ غلام ہے اس محمد کی عظمت کا